ਮੋਗਾ ਜ਼ਿਲ੍ਹੇ ਦੇ ਪਿੰਡ ਜਨੇਰ ਦਾ ਜੰਮਪਲ ਨੌਜਵਾਨ ਜੋਰਾ ਸਿੰਘ ਜੋ ਕਿ ਬਤੌਰ ਜੂਨੀਅਰ ਕਮਾਂਡਿੰਗ ਅਫਸਰ ਵਜੋਂ ਬੇਲਗਾਉਂ ਕਰਨਾਟਕਾ ਵਿਖੇ ਕਮਾਂਡੋ ਵਿੰਗ 'ਚ ਡਿਊਟੀ ਨਿਭਾ ਰਿਹਾ ਸੀ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਸ ਦਾ ਅੰਤਮ ਸੰਸਕਾਰ ਉਸ ਦੇ ਪਿੰਡ ਜਨੇਰ ਵਿਖੇ ਸਰਕਾਰੀ ਸਨਮਾਨ ਨਾਲ ਕਰ ਦਿੱਤਾ ਗਿਆ। ਇਸ ਮੌਕੇ ਸੂਬੇਦਾਰ ਸਤਪਾਲ ਸਿੰਘ ਦੀ ਅਗਵਾਈ 'ਚ ਫੌਜ ਦੀ ਟੀਮ ਨੇ ਜੋਰਾ ਸਿੰਘ ਦੇ ਸਨਮਾਨ ਵਜੋਂ ਫੌਜੀ ਰਸਮਾਂ ਨਿਭਾਈਆਂ। ਜੋਰਾ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਮਾਸੂਮ ਪੁੱਤਰ ਅਰਸ਼ਦੀਪ ਸਿੰਘ ਅਤੇ ਉਸ ਦੇ ਭਰਾ ਮਾਸਟਰ ਇਕਬਾਲ ਸਿੰਘ ਨੇ ਮੁਖਾਗਨੀ ਦਿਖਾਈ। ਇਸ ਮੌਕੇ ਇਲਾਕੇ ਦੇ ਕਈ ਸਿਆਸੀ ਆਗੂ ਤੇ ਲੋਕ ਮ੍ਰਿਤਕ ਨੂੰ ਸਨਮਾਨ ਦੇਣ ਲਈ ਹਾਜ਼ਰ ਹੋਏ। ਪਹਿਲਾਂ ਤੁਸੀਂ ਜੌਬ ਫੌਜ ਵਿੱਚ ਭਰਤੀ ਹੋਇਆ, ਉਹ ਇਹ ਮੈਂ ਉਹਨੂੰ ਕਿਹਾ ਪੈਨਸ਼ਨ ਆ ਜਾ, ਤੂੰ ਤੇਰੀ 18-19 ਸਾਲ ਜੌਬ ਹੋ ਗਈ। ਕਹਿੰਦਾ ਮੈਂ ਇਸ ਕੰਮ ਲਈ ਭਰਤੀ ਨਹੀਂ ਹੋਇਆ, ਕਹਿੰਦਾ ਮੈਂ ਆਪਦੀ ਪੂਰੀ ਨੌਕਰੀ ਕਰਨੀ ਆ, ਮੇਰੀ 28 ਸਾਲ JC ਦੀ ਰੈਂਕ ਨਾਲ ਬਣਦੀ ਆ, ਮੈਂ ਨਹੀਂ ਆਉਣਾ ਗਾ, ਮੈਂ ਦੇਸ਼ ਨੂੰ ਸਮਰਪਿਤ ਹਾਂ, ਮੈਂ ਦੇਸ਼ ਲਈ ਕੁਰਬਾਨ ਹੋਣ ਲਈ ਮੈਂ ਭਰਤੀ ਹੋਇਆ। ਉਹ ਅੱਜ ਕੁਰਬਾਨ ਹੋ ਗਿਆ, ਦੇਸ਼ ਤੋਂ ਟ੍ਰੇਨਿੰਗ ਦਿੰਦਾ ਸੀ ਉੱਥੇ ਕਮਾਂਡੋ ਵਿੰਗ 'ਚ। ਸਾਹਿਬ ਸੁਧਰ ਜੋਰਾ ਸਾਹਿਬ ਇਨਫੈਂਟਰੀ ਸਕੂਲ ਬੈਲਗਾਮ ਵਿੱਚ ਇੱਕ ਕਮਾਂਡੋ ਇੰਸਟ੍ਰਕਟਰ ਸੀ, ਬਹੁਤ ਅੱਛੇ ਬਹੁਤ ਹੋਨਹਾਰ ਇੰਸਟ੍ਰਕਟਰ ਸੀ। ਅਤੇ ਅਚਾਨਕ ਜੋਰਾ ਸਿੰਘ ਸਾਹਿਬ ਨੂੰ ਦਰਦ ਹੋਇਆ, ਦਰਦ ਮਹਿਸੂਸ ਹੋਇਆ, ਦਰਦ ਮਹਿਸੂਸ ਹੋਣ ਦੇ ਨਾਲ ਹੀ ਉਹ ਚੱਕਰ ਆਇਆ, ਉਹਨਾਂ ਨੂੰ ਗਿਰ ਗਏ। ਤਾਂ ਜੋ ਉਹਨਾਂ ਦੇ ਵੱਡੀ ਸੀ ਨੈਬ ਸੁਧਰ ਇਸ਼ਪਾਲ ਸਿੰਘ ਸਾਹਿਬ, ਉਹਨਾਂ ਨੇ ਉਹਨਾਂ ਨੂੰ ਫਟਾਫਟ ਆਟੋ ਵਿੱਚ ਪਿਕਅਪ ਕੀਤਾ ਔਰ ਨਜ਼ਦੀਕ ਮਿਲਟਰੀ ਹੋਸਪਿਟਲ ਹੈ ਉੱਥੇ ਲੈ ਕੇ ਗਏ, ਜਿੱਥੇ ਕਿ ਡਾਕਟਰਾਂ ਨੇ ਚੈੱਕ ਕੀਤਾ ਕਿ ਇਹਨਾਂ ਨੂੰ ਇੱਕ ਕਾਫੀ ਵੱਡਾ ਹਾਰਟ ਅਟੈਕ ਆਇਆ ਸੀ ਅਤੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤ ਐਲਾਨ ਦਿੱਤਾ। ਨਿਊਜ਼ ਡੈਸਕ ਤੋਂ ਰਾਜੀਵ ਸ਼ਰਮਾ ਦੇ ਨਾਲ, ਮੋਗਾ ਤੋਂ ਕੈਮਰਾਮੈਨ ਸਰਬਜੀਤ ਰੌਲੀ ਦੇ ਨਾਲ, ਬਿੱਟੂ ਪੁਰਬਾ ਦੀ ਰਿਪੋਰਟ, ਪੰਜਾਬ ਨਾਓ।